You're listening to CNN Toronto, Chawla News Network Toronto. And Toronto, ਦੇ ਵਿੱਚ ਤੁਸੀਂ ਸਵਾਲ ਕਰਨਾ ਹੋਵੇ ਮਿੰਟੂ ਜੀ ਨੂੰ 905-800-1313-1320 ਮਿੰਟੂ ਜੀ ਵੈਲਕਮ ਸਵਾਗਤ ਹੈ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਠਾਕ ਹੋ ਵਧੀਆ ਜੀ ਚੜ੍ਹਦੀ ਕਲਾ ਜੀ ਗੱਜਣ 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 ਕਿੱਥੇ ਰੱਖਣਗੇ ਕਿੱਥੇ ਗੱਜੂਗਾ ਗੱਜਣ ਮਾਜਰਾ ਕਿੱਥੇ ਰੱਖਣਾ ਹੈ ਪਤਾ ਲੱਗਾ ਕਿ ਬੋਰਡ ਤੈਅ ਹੋਇਆ ਤੈਅ ਕਰੇਗਾ ਇਹ ਹਾਂਜੀ ਦੇਖੋ ਗੱਲ ਇਹ ਆ ਕਿ ਇਸ ਮਾਮਲੇ ਦੇ ਵਿੱਚ ਖੀਰ ਤੇ ਜਿਹੜੀ ਆ ਉਹ ਖਿਲਰ ਗਈ ਇਹਨਾਂ ਦੀ ਓਏ ਹਾਏ ਕਿਉਂਕਿ ਸਾਫ਼ ਹੋ ਗਿਆ ਸਪਸ਼ਟ ਹੋ ਗਿਆ ਕਿ ਗੱਜਣ ਮਾਜਰਾ ਨੂੰ ਵੀ ਆਈ ਪੀ ਟ੍ਰੀਟਮੈਂਟ ਦਿੱਤਾ ਗਿਆ ਉਹਦੇ ਚ ਕੀ ਹੋਇਆ ਕਿ ਐਮ ਐਸ ਲੇਖੀ ਸਾਹਿਬ ਜਿਹੜੇ ਸਨ ਸੁਪਰਡੈਂਟ ਸਨ ਦੱਸਦੇ ਆ ਕਿ ਕਾਰਡੀਓਲੋਜੀ ਤੋਂ ਜਦੋਂ ਯੂਰੋਲੋਜੀ ਚ ਸ਼ਿਫਟ ਕੀਤਾ ਗਿਆ ਉਹਨਾਂ ਦੀ ਤਲਬੀ ਵੀ ਹੋਈ ਆ ਦੱਸਦੇ ਚੰਡੀਗੜ੍ਹ ਮੇਰੇ ਕੋਲ ਹੁਣ ਪੁਖਤਾ ਸੂਚਨਾ ਨਹੀਂ ਪਰ ਮੈਨੂੰ ਕੁਝ ਸੋਰਸਿਸ ਦੱਸ ਰਹੇ ਆ ਕਿ CMO ਨੇ ਕੀਤਾ ਖੁਦ ਤਲਬ ਉਸ ਤੋਂ ਬਾਅਦ ਉਹਨਾਂ ਨੇ ਅਸਤੀਫਾ ਦਿੱਤਾ ਹਾਲਾਂਕਿ ਉਹ ਕਹਿ ਰਹੇ ਨੇ ਕਿ ਮੈਂ ਸਰਵਾਈਕਲ ਦੇ ਚੱਲਦੇ ਅਸਤੀਫਾ ਦਿੱਤਾ ਪਰ ਸਾਡੀਆਂ ਇੱਥੋਂ ਦੀਆਂ ਸਫ਼ਾ ਦੇ ਵਿੱਚ ਇਹ ਗੱਲ ਜਿਹੜੀ ਆ ਉਹ ਗੂੰਜ ਰਹੀ ਆ ਕਿ ਦਰਅਸਲ ਇਹ ਸਾਰਾ ਕੁਝ ਇਸੇ ਵਿਵਾਦ ਦੇ ਚੱਲਦਿਆਂ ਹੀ ਹੋਇਆ ਹੁਣ ਜੇ ਮੰਨ ਲਓ CMO ਨੇ ਤਲਬ ਕੀਤਾ ਤੇ ਇਹਦਾ ਮਤਲਬ ਕਿ ਉਹਨਾਂ ਨੂੰ ਤੇ ਸਭ ਪਤਾ ਸੀਗਾ ਤੇ CMO ਚੀਫ ਮਿਨਿਸਟਰ ਦੇ ਕੋਲ ਹੀ ਤੇ ਜੇਲ੍ਹ ਮੰਤਰਾਲਾ ਹੈ ਤਾਂ ਕੀ ਇਹ ਸਾਰਾ ਕੁਝ ਜਿਹੜਾ ਆ ਵਿਉਂਤ ਕੇ ਕੀਤਾ ਜਾ ਰਿਹਾ ਸੀਗਾ ਹੁਣ ਡਾਕਟਰਾਂ ਦਾ ਪੈਨਲ ਜਿਹੜਾ ਪਹਿਲਾਂ ਤੇ ਇਹ ਵੇਖੇਗਾ ਕਿ ਗੱਜਣ ਮਾਜਰਾ ਜੀ ਨੂੰ ਹਸਪਤਾਲ ਦੀ ਜ਼ਰੂਰਤ ਹੈ ਕਿ ਜੇਲ੍ਹ ਦੀ ਦਾਲ ਦੀ ਜ਼ਰੂਰਤ ਆ ਜੇ ਉਹ ਮੈਡੀਕਲੀ ਫਿੱਟ ਪਾਏ ਜਾਂਦੇ ਨੇ ਤਾਂ ਫਿਰ ਤਾਂ ਕਹਾਣੀ ਜਿਹੜੀ ਉਹ ਸਾਫ਼ ਹੋ ਜਾਏਗੀ ਬਿਲਕੁਲ ਪਰ ਇਹਨਾਂ ਦਾ ਪੈਨਲ ਜੇ ਆਪਦਾ ਹੈ ਤਾਂ ਉਹ ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਸਰਕਾਰ ਨੂੰ ਫਸਣ ਦੇਵੇਗਾ ਸਵਾਦ ਤੇ ਤਾਂ ਉਹਨੂੰ PGI ਲੈ ਜਾਓ ਇਹਨੂੰ ਚੁੱਕੋ ਇੱਥੋਂ ਸੁੱਟੋ ਐਂਬੂਲੈਂਸ ਦੇ ਵਿੱਚ ਤੇ ਇਹਨੂੰ ਲਿਜਾਓ PGI ਦੇ PGI ਦੇ ਅਨਸਾਰੀ ਕਿੱਥੋਂ ਕਾਇਮ ਹੋਇਆ ਸੀ ਤੁਹਾਨੂੰ ਸ਼ਾਇਦ ਨਾ ਪਤਾ ਹੋਵੇ ਮੁਖਤਾਰ ਅਨਸਾਰੀ ਦਾ ਜਿਹੜਾ ਸੀ ਰੌਲਾ ਪੈ ਗਿਆ ਇਹ ਕਹਿੰਦੇ ਸੀ ਜੀ ਮੈਡੀਕਲ ਅਨਫਿਟ ਆ ਯੋਗੀ ਬਾਬਾ ਕਹਿੰਦਾ ਨੀ ਇਹ ਫਿੱਟ ਆ ਮੈਨੂੰ ਜਾਣਦਾ ਖਚਰਾ ਬਿਲਕੁਲ ਉਹ ਕਹਿੰਦੇ ਫਿਰ ਇਹਦਾ ਫੈਸਲਾ ਕਿਵੇਂ ਹੋਵੇ ਉਹਨੇ ਫੈਸਲਾ ਝੱਟ ਹੋ ਜਾਣਾ PGI ਲਿਆਓ ਇਹਨੂੰ ਜਦੋਂ PGI ਲਿਆਂਦਾ ਉਹਨਾਂ ਨੇ ਆਖਿਆ ਜੀ ਸਫ਼ਰ ਕਰਾਓ ਇਹਨੂੰ ਕੀ ਹੋਇਆ ਇਹਨੂੰ ਕੀ ਹੋਇਆ ਫੋੜੀ ਨਿਕਲੀ ਇਹਨੂੰ ਲਿਜਾਓ ਇਹਨੂੰ ਉਸ ਤੋਂ ਬਾਅਦ ਹੀ ਤੇ ਅਨਸਾਰੀ ਦਾ ਸਫ਼ਰ ਜਿਹੜਾ ਹੈ ਉਹ UP ਵੱਲ ਨੂੰ ਹੋਇਆ ਤੇ ਉੱਥੇ ਉਹਦਾ ਸਫ਼ਰ ਦਾ ਖਾਤਮਾ ਹੋ ਗਿਆ ਬਿਲਕੁਲ ਜ਼ਿੰਦਗੀ ਦਾ ਸਫ਼ਰ ਵੀ ਮੁੱਕ ਗਿਆ ਸੋ ਇਹ ਆ ਕਿ ਗੱਲ ਜਿਹੜੇ ਹਸਪਤਾਲ ਚ VIP ਟ੍ਰੀਟਮੈਂਟ ਦੇ ਰਿਹਾ ਜਾਂ ਰਜਿੰਦਰਾ ਹਸਪਤਾਲ ਪਟਿਆਲੇ ਚ ਤੰਦ ਚੋਂ ਹਵਾ ਪਈ ਆਉਂਦੀ ਹੈ ਠੰਡੀ AC ਵਾਲੀ ਜਿੱਥੇ ਵੰਨ ਸੁਵੰਨੇ ਪਕਵਾਨ ਜਾ ਰਹੇ ਨੇ ਮਿਲਣ ਬੁੱਢੇ ਜਵਾਨ ਜਾ ਰਹੇ ਨੇ ਤਾਂ ਬਈ ਉੱਥੇ ਤਾਂ ਹੀ ਮੈਡੀਕਲ ਬੋਰਡ ਬਣਾ ਕੇ ਕੀ ਕਰੋਗੇ ਉੱਥੇ ਗੁੰਗਲਾਂ ਤੋਂ ਮਿੱਟੀ ਝਾੜਨ ਵਾਲੀ ਗੱਲ ਹੈ ਤੁਸੀਂ ਸੋਚ ਕੇ ਦੇਖੋ ਕਿ ਮੰਨ ਲਓ ਕੋਈ ਸਰਪੰਚ ਕੋਈ ਪੰਚਾਇਤ ਉਹਦੇ ਤੇ ਦੋਸ਼ ਲੱਗ ਰਿਹਾ ਤੇ ਪਿੰਡ ਵਾਲੇ ਕਹਿਣਗੇ ਇੱਦਾਂ ਕਰੋ ਵੀ ਸਰਪੰਚ ਸਾਹਿਬ ਤੁਸੀਂ ਉਹ ਮਤਲਬ ਫੈਸਲਾ ਕਰ ਲਓ ਕੋਈ ਤੁੱਕ ਬਣਿਆ ਉਹਦਾ ਤੁੱਕ ਬਣਿਆ ਪੰਚਾਇਤ ਤੇ ਤੇ ਦੋਸ਼ ਲੱਗਣ ਡਿਆ ਨੇ ਕਿ ਉਹਦੇ ਜ਼ਰੀਏ ਆਹ ਕੁਛ ਹੋਇਆ ਜੀ ਇੱਟ ਚ ਇੱਟ ਪਿੱਲੀ ਲਾ ਦਿੱਤੀ ਆਹ ਕਰ ਦਿੱਤਾ ਤੇ ਮੁੜ ਕੇ ਉਹ ਹੀ ਕਹਿਣ ਕੇ ਕੋਈ ਗੱਲ ਨੀ ਜੀ ਪੰਚਾਇਤ ਦੀ ਜਾਂਚ ਕਰਾ ਲੈ ਕੋਈ ਤੁੱਕ ਬਣਦਾ ਤੋ ਆਹ ਸੂਰਤ ਹਾਲ ਆ ਮੇਰਾ ਮੰਨਣਾ ਇਹ ਆ ਕਿ ਇਹ ਫਸ ਗਿਆ ਕਸੂਤੇ ਤੇ ਜੇ ਹੁਣ ਮੰਨ ਲਓ ਮੈਡੀਕਲੀ ਇਹ ਤਾਂ ਓਪੋਜੀਸ਼ਨ ਜ਼ੋਰ ਪਾਵੇ ਕਿ PGI ਤੋਂ ਕਰਾਓ ਸਵਾਦ ਤਾਂ ਜਦੋਂ PGI ਤੋਂ
ਹੋਊਗਾ ਜੇ ਤਾਂ ਮੈਡੀਕਲ ਅਨਫਿਟ ਆ ਫਿਰ ਤਾਂ ਉਹਨੇ ਉੱਥੇ ਰਹਿਣਾ ਔਰ ਰਹਿਣਾ ਜੇ ਰਹਿਣਾ ਤਦ ਵੀ ਏਸੀ ਚ ਨਹੀਂ ਰਹਿ ਸਕਦਾ ਉਹ ਕਿੰਨੇ ਕੁ ਬੰਦਿਆਂ ਨੂੰ ਤੁਸੀਂ ਇੱਕ ਇੱਕ ਮਹੀਨਾ ਏਸੀ ਚ ਰੱਖੀ ਰੱਖਦੇ ਹੋ ਆਮ ਬੰਦੇ ਨੂੰ ਬਿਲਕੁਲ ਔਰ ਕੈਦੀ ਵਾਰਡ ਚ ਰੱਖਣਾ ਪੈਂਦਾ ਬੰਦੇ ਨੂੰ ਜੇ ਉਹ ਐਮਰਜੈਂਸੀ ਚ ਨਹੀਂ ਹੈ ਜੇ ਉਹ ਲਾਈਫ ਸਪੋਰਟਿੰਗ ਸਿਸਟਮ ਤੇ ਨਹੀਂ ਹੈ ਤਾਂ ਸਾਡੇ ਇੱਥੇ ਤਿੰਨ ਨੇ ਜਾਂ ਤਾਂ ਫਰੀਦਕੋਟ ਜਾਂ ਰਜਿੰਦਰਾ ਹਸਪਤਾਲ ਕੈਦੀਆਂ ਵਾਸਤੇ ਤੇ ਜਾਂ PGI ਉੱਥੇ ਬਕਾਇਦਾ ਤੌਰ ਤੇ ਕੈਦੀਆਂ ਵਾਸਤੇ ਵਾਰਡ ਬਣੇ ਨੇ ਜਿੱਥੇ ਸਾਡੇ ਵਰਗਿਆਂ ਨੂੰ ਗਿੱਟੇ ਨਾਲ ਮੋਟਾ ਸੰਗਲ ਲਾਇਆ ਜਾਂਦਾ ਜਿਵੇਂ ਖੋਤਾ ਬੰਨਿਆ ਹੁੰਦਾ ਤੇ ਇਹਨਾਂ ਨੂੰ ਇਹਨਾਂ ਦੇ ਗਿੱਟੇ ਨੂੰ ਨਹੀਂ ਸੰਗਲ ਲਾ ਸਕਦੇ ਕੋਈ ਰੱਸਾ ਰੁੱਸਾ ਪਾ ਕੇ ਬੰਨ ਲਓ ਇਹਨਾਂ ਨੂੰ ਜੇ ਰੱਸਾ ਵੀ ਨਹੀਂ ਪਾ ਸਕਦੇ ਉਹਨਾਂ ਬੈਡਾਂ ਤੇ ਪਾਓ ਤੇ ਸਹੀ ਉਹ ਥੱਲੇ ਉਹ ਸੇਕ ਮਾਰਦੇ ਆ ਉੱਤੇ ਚਿੱਟੀ ਜੀ ਸੜੀ ਜੀ ਚਾਦਰ ਹੁੰਦੀ ਆ ਮੁਸ਼ਕ ਗੋਡੇ ਗੋਡੇ ਆਉਂਦਾ ਉੱਥੇ ਉਸ ਵਾਰਡ ਚ ਤੇ ਬੰਦ ਕਰੋ ਇਹਨੂੰ ਪਤਾ ਲੱਗੇ ਔਰ ਵੇਖੋ ਤਰਾਸਦੀ ਹੈ ਕਿ ਤੁਸੀਂ ਜਿਸ ਦਾ ਨਾਂ ਲਿਆ ਹੈ ਉਹ ਕੀ ਨਾਮ ਭੁੱਲ ਗਿਆ ਮੈਨੂੰ ਵੀ ਉਹ ਇੱਥੋਂ ਪੰਜਾਬ ਦੇ ਵਿੱਚੋਂ ਲੈ ਕੇ ਗਿਆ ਸੀ ਬੜੀਆਂ ਮੌਜਾਂ ਮਾਣਦਾ ਸੀ ਅਨਸਾਰੀ ਅਨਸਾਰੀ ਵਰਗਿਆਂ ਨੂੰ ਰੱਖਣ ਵਾਸਤੇ ਪੰਜਾਬ ਦੀਆਂ ਜੇਲ੍ਹਾਂ ਹੈਗੀਆਂ ਸਾਰੀਆਂ ਸੁੱਖ ਸਹੂਲਤਾਂ ਵਾਸਤੇ ਅਤੇ ਪੰਜਾਬ ਦੇ ਵਿੱਚ ਜੰਮਿਆਂ ਵਾਸਤੇ ਜੇਲ੍ਹਾਂ ਹੀ ਹੈ ਨਹੀਂ ਉਹਨਾਂ ਨੂੰ ਓ ਦਿਬੜੂਗੜ ਕਿਆ ਕਿਆ ਬਾਤ ਹੈ ਇਹਨੂੰ ਕਹਿੰਦੇ ਆ ਜੀ ਹੈ ਜੋਰਾਵਰਾਂ ਦਾ 3200 ਸੀ ਜਮਾਰ 1320 ਮੀਟਰ ਵੇ ਰੇਡੀਓ ਪ੍ਰੋਗਰਾਮ ਰਗਲਾ ਪੰਜਾਬ ਹਾਂਜੀ ਜੀ ਮਿੰਟੂ ਜੀ ਸੁਖਬੀਰ ਬਾਦਲ ਬਣੇ ਰਹਿਣਗੇ ਪ੍ਰਧਾਨ ਕੀ ਕਹਿਣਾ ਚਾਹੋਗੇ ਬੜਾ ਅਹਿਮ ਕੁਐਸਚਨ ਹੈ ਕਿਉਂਕਿ ਹਮੇਸ਼ਾ ਇਹੀ ਪ੍ਰੈਕਟਿਸ ਜਿਹੜੀ ਆ ਹੁੰਦੀ ਆ ਕਿ ਪਾਰਟੀ ਚੋਂ ਬਾਗੀ ਸੁਰ ਉੱਠੇ ਜੀ ਫਲਾਂ ਕੱਲ ਵੀ ਸਾਡੇ ਇੱਥੇ ਹੈਗੇ ਨੇ ਸਾਡੇ ਭਰਾ ਚਰਨਜੀਤ ਬਰਾੜ ਫਕਰ ਸਰ ਤੋਂ ਉਹਨਾਂ ਨੇ ਇੱਕ ਖੁੱਲਾ ਸੁਝਾਅ ਪੱਤਰ ਲਿਖ ਦਿੱਤਾ ਕਿ ਪ੍ਰਧਾਨ ਜੀ ਤੁਸੀਂ ਪ੍ਰਧਾਨ ਬਣੇ ਰਹੋ ਤੇ ਪੰਚ ਪ੍ਰਧਾਨੀ ਸਿਸਟਮ ਵਾਂਗੂ ਇੱਥੇ ਇੱਕ ਬਣਾ ਦਿਓ ਕਮੇਟੀ ਪ੍ਰਧਾਨ ਜੇ ਉਹਨਾਂ ਨੇ ਬਣਨਾ ਤੇ ਭੁੰਦੜ ਸਾਹਿਬ ਤੇ ਬੀਬਾ ਬਾਦਲ ਹੋਰਾਂ ਨੇ ਉਹ ਕਮੇਟੀ ਦੇ ਮੈਂਬਰ ਬਣਨਾ ਹੈ ਚੰਦੂ ਬਾਜਰਾ ਹੋਰਾਂ ਨੇ ਤੇ ਫਿਰ ਹੈ ਕੀ ਹੈ ਬਦਲਾਅ ਕੀ ਹੈ ਬਦਲਾਅ ਕੀ ਹੈ ਬਿਲਕੁਲ ਤੇ ਗੱਲ ਇਹ ਆ ਕਿ ਦੂਜੇ ਪਾਸੇ ਉਹਨਾਂ ਨੇ ਇਹ ਜ਼ਰੂਰ ਕਿਹਾ ਕਿ ਅਕਾਲ ਤਖ਼ਤ ਸਾਹਿਬ ਤੇ ਲਿਖਤੀ ਮਾਫ਼ੀ ਮੰਗ ਕੇ ਸਾਨੂੰ ਸਜ਼ਾ ਜਾਂ ਤਨਖਾਹ ਭੁਗਤ ਲੈਣੀ ਚਾਹੀਦੀ ਇਹ ਠੀਕ ਹੈ ਨੁਕਤਾ ਇਹਨਾਂ ਦਾ ਪਰ ਜਿਹੜਾ ਰੌਲਾ ਗੌਲਾ ਸੀ ਉਹ ਸਾਰਾ ਇਹੀ ਸੀਗਾ ਕੋਰ ਕਮੇਟੀ ਦੀ ਮੀਟਿੰਗ ਸੀ ਉਸ ਤੋਂ ਬਾਅਦ ਹੋਣਾ ਕਰਨਾ ਕੀ ਆ ਭੌਂ ਚੌਂ ਕੇ ਜਿੱਥੋਂ ਦੀ ਖੋਤੀ ਉੱਥੇ ਆ ਖਲੋਤੀ ਮਾਫ਼ ਕਰਨਾ ਇੱਕ ਕਹਾਵਤ ਆ ਪੰਚਾਂ ਦਾ ਕਿਆ ਸਿਰ ਮੱਥਾ ਪਰਨਾਲਾ ਉੱਥੇ ਦਾ ਉੱਥੇ ਹਾਂਜੀ ਏਦਾਂ ਕਹਿ ਲਓ ਤੁਸੀਂ ਚਲੋ ਠੀਕ ਆ ਮੈਂ ਵਿੱਚ ਐਵੇਂ ਜਾਨਵਰ ਘੜੀਸੀ ਫਿਰਦਾ ਐਵੇਂ ਜ਼ੋਰ ਲਾਈ ਜਾਂਦਾ ਸਿੱਧਾ ਹੀ ਕਹਿ ਦਿੰਦਾ ਤੋ ਗੱਲ ਇਹ ਆ ਕਿ ਬਈ ਹੁਣ ਕਹਾਣੀ ਤਾਂ ਫਿਰ ਉੱਥੇ ਹੀ ਖਲੋ ਗਏ ਕੋਰ ਕਮੇਟੀ ਨਹੀਂ ਨਹੀਂ ਪ੍ਰਧਾਨ ਇਹ ਰਹਿਣਗੇ ਉਹ ਯਾਰ ਇਹਨਾਂ ਫਾਰਮੈਲਿਟੀਆਂ ਦੀ ਜ਼ਰੂਰਤ ਨਹੀਂ ਸਿੱਧਾ ਹੀ ਕਹਿ ਦਿਓ ਕਿ ਲਾਈਫ ਟਾਈਮ ਵੈਲਿਡਿਟੀ ਆ ਬਈ ਪ੍ਰਧਾਨ ਇਹੀ ਰਹਿਣਗੇ ਤੇ ਗੱਲ ਇਹ ਆ ਕਿ ਏਜੰਡੇ ਆਪਦੇ ਸੈੱਟ ਕਰੋ ਕੱਲ ਇਹਨਾਂ ਨੇ ਵੱਡਾ ਫੈਸਲਾ ਇਹ ਕੀਤਾ ਕਿ ਅਸੀਂ ਕਿਸੇ ਬਲੋਕ ਚ ਤੇ ਜਾਣਾ ਨਹੀਂ ਨਾ ਇੰਡੀਆ ਚ ਜਾਈਏ ਤੇ ਨਾ NDA ਚ ਜਾਈਏ ਤਾਂ ਠੀਕ ਹੈ ਜੇ ਤੁਸੀਂ ਨਿਊਟਰਲ ਰਹਿਣਾ ਇੱਕ ਖੇਤਰੀ ਫੋਰਸ ਦੇ ਤੌਰ ਤੇ ਰਹਿਣਾ ਕਿਉਂਕਿ ਇਸ ਗੱਲ ਦਾ ਨੁਕਸਾਨ ਹੋਇਆ ਮੈਂ ਤੁਹਾਨੂੰ ਸਾਰਾ ਤੌਰ ਤੇ ਅੱਗੇ ਵੀ ਕਿਹਾ ਸੀਗਾ ਵੋਟਾਂ ਤੋਂ ਸ਼ਾਇਦ ਪਹਿਲਾਂ ਹੀ ਕਹਿਤਾ ਸੀ ਤੁਹਾਨੂੰ ਮੈਂ ਜਿਹੜਾ ਕੱਲ ਇਹਨਾਂ ਨੇ ਮੰਨਿਆ ਕਿ ਇੱਥੇ ਟੱਕਰ ਜਿਹੜੀ ਸੀਗੀ ਉਹ ਇਹ ਸੀ ਜਾਗਰਤ ਵੋਟਰ ਨੌਜਵਾਨ ਵੋਟਰ ਇਹ ਸੋਚ ਰਿਹਾ ਸੀਗਾ ਕਿ ਅਸੀਂ ਮੋਦੀ ਤੇ ਰਾਹੁਲ ਚੋਂ ਇੱਕ ਚੁਣਨਾ ਫਿਰ ਅਸੀਂ ਵਿੱਚ ਵਿਚੋਲਾ ਕਿਉਂ ਪਾਈਏ ਆਮ ਆਦਮੀ ਪਾਰਟੀ ਜਾਂ ਅਕਾਲੀ ਦਲ ਜੇ ਦੇਸ਼ ਵਾਸਤੇ ਵੋਟ ਹੋ ਰਹੀ ਹੈ ਜਾਂ ਤਾਂ ਰਾਹੁਲ ਗਾਂਧੀ ਨੂੰ ਸਿੱਧੀ ਵੋਟ ਪਊਗੀ ਤੇ ਜਾਂ ਫਿਰ BJP ਨੂੰ ਨਰਿੰਦਰ ਮੋਦੀ ਨੂੰ ਪਊਗੀ ਔਰ ਇਹਦਾ ਫਾਇਦਾ ਵੀ ਵੇਖ ਲਓ ਭਾਜਪਾ ਨੂੰ ਵੀ ਹੋਇਆ ਕਾਂਗਰਸ ਨੂੰ ਵੀ ਹੋਇਆ ਦੋਨਾਂ ਨੂੰ ਹੋਇਆ ਤੇ ਨੁਕਸਾਨ ਕਿਹਨਾਂ ਨੂੰ ਹੋਇਆ
ਅਕਾਲੀਆਂ ਨੂੰ ਹੋ ਗਿਆ, ਆਮ ਆਦਮੀ ਪਾਰਟੀ ਵਾਲਿਆਂ ਨੂੰ ਹੋ ਗਿਆ, ਕਿਉਂਕਿ ਆਮ ਆਦਮੀ ਪਾਰਟੀ ਵਾਲਿਆਂ ਤੇ ਵੀ ਭਰੋਸਾ ਨਹੀਂ ਸੀ ਬੱਜ ਰਿਹਾ ਕਿ ਕੇਜਰੀਵਾਲ ਦਾ ਕੀ ਪਤਾ ਲੈ ਕੇ 15-20 MP ਕੱਲ ਨੂੰ ਉਧਰ ਵੜ ਜਾਵੇ। ਸੋ ਇਸ ਵਾਸਤੇ ਇਹਨਾਂ ਨੂੰ ਆਪਦਾ ਏਜੰਡਾ ਸੈੱਟ ਕਰਨਾ ਪਊ, ਇਹਨਾਂ ਨੂੰ ਰਣਨੀਤੀ ਤੈਅ ਕਰਨੀ ਪਊ। ਪ੍ਰਧਾਨ ਰੱਖੀ ਰੱਖਣ ਸੁਖਬੀਰ ਸਿੰਘ ਬਾਦਲ ਨੂੰ ਕੀ ਫਰਕ ਪੈਂਦਾ, ਉਹ ਅੱਗੇ ਵੀ ਨੇ, ਪਰ ਕੁਝ ਸਟ੍ਰੈਟਜੀ ਇਹਨਾਂ ਨੂੰ ਬਦਲਣੀ ਪਊ। ਪਿੰਡਾਂ ਵੱਲ ਇਹਨਾਂ ਨੂੰ ਮਹਾਰ ਮੋੜਨੀ ਪਊ। 10-15 ਪਿੰਡਾਂ ਪਿੱਛੇ ਇੱਕ ਪਿੰਡ ਚ ਪ੍ਰੋਗਰਾਮ ਰੱਖਣ, ਉਹ ਪ੍ਰੋਗਰਾਮ ਏਦਾਂ ਨਹੀਂ, ਹੁਣ ਕਾਰਪੋਰੇਟ ਟਾਈਪ ਦੀ ਰਾਜਨੀਤੀ ਨਹੀਂ ਚੱਲਦੀ। ਦਰੀਆਂ ਵਿਛਾਓ, ਮੰਜੇ ਡਾਲੋ, ਉੱਥੇ ਬੈਠੋ, ਪੁਰਾਣੇ ਬਜ਼ੁਰਗਾਂ ਨੂੰ ਸੱਦੋ, ਉਹਨਾਂ ਦੇ ਗਾੜੀ ਉਹਨਾਂ ਦੇ ਅੱਗੇ ਕੋਈ ਗੱਲਬਾਤ ਰੱਖੋ, ਉਹਨਾਂ ਦੀ ਸੁਣੋ ਤੇ ਬਹਾਲ ਹੋ ਜਾਓਗੇ। ਕੋਈ ਵੱਡੀ ਗੱਲ ਨਹੀਂ ਹੈ, ਇੱਥੇ ਬਹੁਤ ਕੁਝ ਹੋ ਜਾਂਦਾ ਹੁੰਦਾ, ਮਤਲਬ ਕਿ ਸੰਭਵ ਤੋਂ ਸੰਭਵ ਹੋ ਜਾਂਦਾ ਰਾਜਨੀਤੀ ਚ। ਕਿਸੇ ਨੇ ਸੋਚਿਆ ਸੀ ਚੰਦਰ ਬਾਬੂ ਨਾਇਡੂ ਜਿਹੜਾ ਉੱਥੇ ਇੱਕ ਤਰਫਾ ਜਿੱਤ ਹਾਸਲ ਕਰ ਦੂਗਾ ਜਗਨ ਰੈਡੀ ਤੇ? ਤਾਂ ਇਹ ਸਾਰਾ ਕੁਝ ਹੋ ਜਾਂਦਾ ਰਾਜਨੀਤੀ ਚ। ਪਰ ਗੱਲ ਇਹ ਆ ਕਿ ਜੁਗਤੀ ਹੈ, ਉਹ ਆਉਂਦਾ ਨਾ ਜੁਗਤੀ ਹੈ ਦੁਨੀਆ ਝੁਕਾਨੇ ਵਾਲਾ ਚਾਹੀਏ, ਗੱਲ ਇਹ ਆ ਕਿ ਉਹ ਥੋੜੀ ਹਿੰਮਤ ਚਾਹੀਦੀ। ਕਾਲਰ ਨੇ ਦੇਖਦੇ ਆ ਕੀ ਕਹਿਣਾ ਚਾਹੁੰਦੇ ਨੇ। ਪਹਿਲਾਂ ਤਾਂ ਉਹਨਾਂ ਵੀਰਾਂ ਦਾ ਧੰਨਵਾਦ ਜੋ ਸਪੈਸ਼ਲ ਜਿਹੜੇ ਕੰਨਾਂ 'ਚ ਟੂਟੀਆਂ ਲਾ ਕੇ ਸੁਣ ਰਹੇ ਨੇ, ਉਹਨਾਂ ਦਾ ਵੀ ਧੰਨਵਾਦ ਆ ਵੀ ਟੈਲੀਫੋਨ 'ਤੇ ਸੁਣਦੇ ਹੋ, ਅਤੇ ਜਿਨ੍ਹਾਂ ਨੇ ਬਲੂਟੂਥ ਔਨ ਕਰਕੇ ਆਪਣੇ ਕਾਰਾਂ ਵੈਨਾਂ ਟਰੱਕਾਂ ਦੇ ਵਿੱਚ ਖਾਸ ਤੌਰ 'ਤੇ ਜਿਹੜੇ ਸੁਣ ਰਹੇ ਨੇ, ਉਹਨਾਂ ਦਾ ਵੀ ਧੰਨਵਾਦ ਆ। ਉਹ ਨੰਬਰ ਹੈ 647-43-3720। ਜਦੋਂ ਮੈਂ ਨੰਬਰ ਵੇਖਦਾ ਅਤੇ ਜਦੋਂ ਮੈਂ ਵੇਖਦਾ ਕਿ ਇਹਦਾ ਬਿੱਲ ਵੀ ਸਾਨੂੰ ਦੇਣਾ ਪੈਂਦਾ ਐਕਸ ਦਾ, ਫਿਰ ਸਾਡਾ ਬਿੱਲ ਤਰ ਜਾਂਦਾ ਕਿ ਤੁਸੀਂ ਕਾਫੀ ਵੱਡੀ ਤਾਦਾਦ ਦੇ ਵਿੱਚ, ਸੈਂਕੜਿਆਂ ਦੀ ਤਾਦਾਦ ਦੇ ਵਿੱਚ ਇਸ ਫੋਨ ਨੰਬਰ 'ਤੇ ਜਦੋਂ ਜੁੜਦੇ ਹੋ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ। 647-43-3720 IPTV ਬੋਕਸ 'ਤੇ, ਯੂਟਿਊਬ 'ਤੇ, ਫੇਸਬੁੱਕ 'ਤੇ, ਐਪਸ 'ਤੇ, ਜਾਂ ਰੈਗੂਲਰ ਜਿਹੜਾ ਰੇਡੀਓ ਕਾਰਾਂ ਵੈਨਾਂ ਟਰੱਕਾਂ ਦੇ ਵਿੱਚ, ਉਹ 'ਚ ਪਤਾ ਹੀ ਨਹੀਂ ਹੈ ਪਿਛਲੇ 28 ਸਾਲਾਂ ਤੋਂ ਤੁਸੀਂ ਸਾਨੂੰ ਸੁਣਦੇ ਆ ਰਹੇ ਹੋ, ਤੁਹਾਡਾ ਧੰਨਵਾਦ ਹੈ। ਹਾਂਜੀ ਕਾਲਰ ਵੈਲਕਮ। ਹੈਲੋ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਚਾਵਲਾ ਜੀ। ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ ਮੰਟੂ ਜੀ ਤੇ ਅੰਜੂ ਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ ਚਾਵਲਾ ਜੀ, ਮੈਂ ਪੁੱਛਣਾ ਸੀਗਾ ਡਿਬਰੂਗੜ੍ਹ ਜੇਲ੍ਹ ਤੋਂ ਭਾਈ ਅੰਮ੍ਰਿਤਪਾਲ ਜੀ ਦਾ ਕੀ ਬਣਿਆ, ਬੇਲ ਬੂਲ ਮਿਲ ਗਈ ਹੈ ਜਾਂ ਨਹੀਂ ਅਜੇ? ਨਹੀਂ ਅਜੇ ਨਹੀਂ, ਅਜੇ ਨਹੀਂ ਜੀ। ਮੰਟੂ ਜੀ, ਨਹੀਂ ਨਹੀਂ ਅਜੇ ਕੁਛ ਨਹੀਂ ਹੈ ਜੀ, ਕੋਈ ਅਪਡੇਟ ਨਹੀਂ ਹੈ ਉਸ ਸੰਦਰਭ ਵਿੱਚ, ਕੁਛ ਨਹੀਂ ਹੈ। ਉਹ ਸਹੁੰ ਚੁੱਕਣ ਵਾਸਤੇ ਸ਼ਾਇਦ ਸੰਸਦ ਚ ਪਹੁੰਚਣਗੇ, ਪਰ ਹਾਲੇ ਸਹੁੰ ਚੁੱਕ ਸਮਾਗਮ ਹੀ ਇਹਨਾਂ ਦਾ ਮੈਨੂੰ ਲੱਗਦਾ ਲੇਟ ਆ, ਕਿਉਂਕਿ ਇਜਲਾਸ ਜਿਹੜਾ ਉਹ ਸ਼ਾਇਦ 24 ਜੂਨ ਦੇ ਆਸ ਪਾਸ ਕੀਤਾ ਇਹਨਾਂ ਨੇ। ਹਾਲੇ ਤੇ 19-20 ਨੂੰ ਸ਼ਾਇਦ ਲੋਕ ਸਭਾ ਦੇ ਸਪੀਕਰ ਦੀ ਚੋਣ ਹੋਣੀ ਹੈ ਜੀ। ਇਸ ਵਾਸਤੇ ਅੰਮ੍ਰਿਤਪਾਲ ਸਿੰਘ ਦੀ ਨਾ ਕੋਈ ਰਿਹਾਈ ਆ ਫਿਲਹਾਲ, ਨਾ ਕੋਈ ਆਰਜ਼ੀ ਤੌਰ ਤੇ ਜ਼ਮਾਨਤ ਆ। ਵੈਸੇ ਇਹਦਾ ਅਸੀਂ ਪਹਿਲਾਂ ਹੀ ਖੁਲਾਸਾ ਕਰ ਦਿੱਤਾ ਸੀਗਾ ਕਿ MP ਬਣਨ ਨਾਲ, MP ਜਿੱਤਣ ਨਾਲ ਜੇਲ੍ਹ ਦਾ ਦਰਵਾਜ਼ਾ ਨਹੀਂ ਖੁੱਲਦਾ, ਪ੍ਰੈਸ਼ਰਾਈਜ਼ ਹੋ ਸਕਦੀ ਜੀ ਸਰਕਾਰ। ਦੋ ਆਪਸ਼ਨ ਹੁੰਦੇ ਜੀ, ਬਿਲਕੁਲ ਸਹੀ ਕਿਹਾ। ਦੋ ਆਪਸ਼ਨ ਹੁੰਦੇ, ਜਾਂ ਤਾਂ ਸਰਕਾਰ ਆਪਦੇ ਜਿਹੜੇ ਚਾਰਜਸ ਆ ਉਹ ਵਿਦਡਰਾ ਕਰ ਲੈ, ਤੇ ਜਾਂ ਮਤਲਬ ਕਿ ਕੋਰਟ ਰਿਹਾਈ ਦੇ ਹੁਕਮ ਦੇਵੇ। ਦੋ ਆਪਸ਼ਨ ਬਚਦੇ। 5 ਮਿੰਟ ਨੇ ਸਾਡੇ ਕੋਲ, 4.5-4 ਮਿੰਟ ਦੋ ਸਵਾਲ ਨੇ। ਮਾਮਲਾ ਤਾਂ ਕਾਫੀ ਗਰਮ ਹੈ, ਪ੍ਰਧਾਨ ਬਣੇ ਰਹਿਣਗੇ ਸੁਖਬੀਰ ਜੀ, ਪਰ ਹੁਣ ਕਮੇਟੀ ਚੋਣਾਂ ਵੀ ਆ ਸਕਦੀਆਂ ਨੇ ਇਸੇ ਬਾਰੇ। ਆ ਦੇਖੋ, ਕਮੇਟੀ ਚੋਣਾਂ ਤਾਂ ਹੋ ਜਾਣੀਆਂ ਚਾਹੀਦੀਆਂ ਸੀਗੀਆਂ, ਪਰ ਇਸ ਰੁੱਤ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਇਲੈਕਸ਼ਨ ਆਈ ਬਹੁਤ ਆ, ਹੁਣ ਲੋਕ ਸਭਾ ਤੋਂ ਬਾਅਦ ਜ਼ਿਮਨੀ ਚੋਣਾਂ ਸਟਾਰਟ ਹੋ ਜਾਣੀਆਂ, ਤਾਂ ਜਦ ਤੱਕ ਜ਼ਿਮਨੀ ਚੋਣਾਂ ਮੁਕੰਮਲ ਨਹੀਂ ਹੋ ਜਾਂਦੀਆਂ ਤਦ ਤੱਕ ਤੇ ਕੋਈ ਵਿੰਡੋ ਹੋਣੀ ਨਹੀਂ, ਤੇ ਗਾਂ ਪੰਚਾਇਤੀ ਚੋਣਾਂ ਵੀ ਹੈਗੀਆਂ ਨੇ, ਗਾਂ ਨਿਗਮਾਂ ਦੀਆਂ ਚੋਣਾਂ ਵੀ ਹੈਗੀਆਂ ਨੇ। ਸੋ ਚੋਣਾਂ ਬਹੁਤ ਨੇ ਪੰਜਾਬ ਦੇ ਵਿੱਚ, ਤੇ ਗੱਲ ਇਹ ਆ ਕਿ ਵੋਟਾਂ ਜਿਹੜੀਆਂ ਬਣਾਉਣ ਦਾ ਕੰਮ ਸੀ ਕਮੇਟੀ ਦਾ ਉਹ ਮੁਕੰਮਲ ਆ, ਤਾਂ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਵੋਟਰ ਫਾਰਮ ਭਰਨ ਦੀ ਆਖਰੀ ਤਰੀਕ ਜਿਹੜੀ ਆ ਉਹ 31 ਜੁਲਾਈ ਤੱਕ ਵਧਾ ਦਿੱਤੀ ਗਈ ਸੀ। ਹੁਣ ਤੱਕ ਕਾਫੀ ਵੋਟ ਬਣ ਗਈ ਆ ਵੈਸੇ,
ਪਰ ਗਿਣਤੀ ਪੱਖੋਂ ਠੀਕ ਕਹੀ ਜਾ ਸਕਦੀ, ਇੰਨੀ ਜ਼ਿਆਦਾ ਵੀ ਨਹੀਂ। 27,50,000 ਵੋਟਰ ਜਿਹੜੇ ਆ ਉਹ ਹੁਣ ਤੱਕ ਰਜਿਸਟਰਡ ਹੋ ਚੁੱਕੇ ਆ। ਤਾਂ ਕਹਿਣ ਦਾ ਮਤਲਬ ਇਹ ਆ ਕਿ ਇਹ ਜਿਹੜੀ ਪੈਂਡਿੰਗ ਪਈ ਆ ਕਮੇਟੀ ਚੋਣ, ਜੇ ਕਰਵਾਉਣ ਤੇ ਆਉਣ, ਬਾਕੀ ਉਹ ਕੇਂਦਰ ਤੇ ਮੁਨਸਰ ਕਰਦਾ ਹੈ ਕਿ ਕੇਂਦਰ ਕੀ ਬਾਦਲਾਂ ਨੂੰ ਹਾਲ ਦੀ ਘੜੀ ਕੋਈ ਸਮਾਂ ਦਿੰਦੇ ਰਹਿਣ ਚ ਆ। ਜੇ ਉਹ ਚਾਹੇ ਤਾਂ ਹੋ ਸਕਦਾ, ਕਿਉਂਕਿ ਜਿੰਨੀਆਂ ਵੀ ਚੋਣਾਂ ਜਿਹੜੀਆਂ ਸਟੇਟ ਦੀਆਂ ਨੇ ਸਾਡੀਆਂ, ਉਹ ਭੁਗਤ ਜਾਣਗੀਆਂ ਅਕਤੂਬਰ ਨਵੰਬਰ ਦਸੰਬਰ ਆਲ ਲਈ। ਤਾਂ ਇਹ ਆ ਕਿ ਵਿੱਚ ਦੀ ਵਿੰਡੋ ਜਿਹੜੀ ਆ ਉਹ ਬਣ ਸਕਦੀ ਹੈ ਇਸ ਵਰੇ ਦੇ ਐਂਡ ਦੇ ਵਿੱਚ ਜਾਂ ਅਗਲੇ ਵਰੇ ਦੇ ਸ਼ੁਰੂਆਤ ਦੇ ਵਿੱਚ। ਛੇਤੀ ਕੀਤੀ ਆ ਤੇ ਮੈਨੂੰ ਨਹੀਂ ਲੱਗਦਾ ਕਿ ਜੇ ਆਪਾਂ ਦੇਖੀਏ 1-2-4 ਮਹੀਨਿਆਂ ਦੇ ਅੰਦਰ ਅੰਦਰ ਬਈ ਵੋਟਾਂ ਜਿਹੜੀਆਂ ਉਹ ਐਸ ਜੀ ਪੀ ਸੀ ਵਾਲੀਆਂ ਪੈ ਜਾਣਗੀਆਂ। ਜਾਂ ਤਾਂ ਇਹਦੀ ਵਿੰਡੋ ਜਿਹੜੀ ਆ ਉਹ ਬਣੇਗੀ ਦਸੰਬਰ ਜਨਵਰੀ ਜਾਂ ਕਹਿ ਲਓ ਫਰਵਰੀ ਮਾਰਚ, ਜੇ ਜੇ ਆਪਾਂ ਮੌਜੂਦਾ ਸਮੇਂ ਦੇ ਵਿੱਚ ਜਿੰਨੇ ਵੀ ਸ਼ਡਿਊਲ ਇਲੈਕਸ਼ਨ ਦੇ ਆਪਣੇ ਸਾਹਮਣੇ ਜਾਂ ਪੈਂਡੈਂਸੀ ਆਪਣੇ ਸਾਹਮਣੇ ਆ, ਜੇ ਉਹਨਾਂ ਦੇ ਮੱਦੇ ਨਜ਼ਰ ਕਰ। ਬਹੁਤ ਸ਼ੁਕਰੀਆ ਜੀ। ਜੀ ਮਿੰਟੂ ਜੀ, ਬਿਜਲੀ ਦੀ ਕਿੱਲਤ ਦੀ ਗੱਲ ਕਰਦੇ ਹਾਂ ਤਾਂ ਖਬਰਾਂ ਦੇ ਵਿੱਚ ਬਿਜਲੀ ਦੀ ਰਿਕਾਰਡ ਤੋੜ ਮੰਗ ਪੰਜਾਬ ਵਿੱਚ ਹੋ ਚੁੱਕੀ ਹੈ, ਕੀ ਕਹਿਣਾ ਚਾਹੋਗੇ? ਦੇਖੋ ਬਿਜਲੀ ਦੀ ਮੰਗ ਦਾ ਮਸਲਾ ਇਹ ਹੈ ਨਾ ਕਿ ਹੁਣ ਮੀਂਹ ਐਤਕੀ ਘੱਟ ਪਏ ਨੇ, ਜਦੋਂ ਮੀਂਹ ਨਹੀਂ ਪਏ ਏਸੀ ਉਹਨਾਂ ਦੇ ਯੂਨਿਟ ਬਹੁਤ ਗਿਣਤੀ ਵਧੀ ਆ, ਖਾਸ ਤੌਰ ਤੇ ਜਦੋਂ ਖੇਤੀਬਾੜੀ ਸੈਕਟਰ ਨੂੰ ਜਦੋਂ ਤੁਸੀਂ ਬਿਜਲੀ ਦਿਓਗੇ 8 ਘੰਟੇ 10 ਘੰਟੇ 12 ਘੰਟੇ। ਹੁਣ ਬਿਜਲੀ ਦਾ ਵੀ ਅੱਜ ਮੈਂ ਉਹ ਦੇਖਣ ਡਿਆ ਸੀ ਟ੍ਰਿਬਿਊਨ ਤੇ ਕਿ ਬਈ ਉਹਨਾਂ ਨੇ ਜੋ ਅੰਕੜੇ ਦਿੱਤੇ ਨੇ ਕਿ ਧਰਤੀ ਵਾਲਾ ਪਾਣੀ ਥੱਲੇ ਜਾਈ ਜਾਂਦਾ, ਕਿਸਾਨ ਲੋਡ ਵਧਾਈ ਜਾਂਦੇ ਆ। ਉਹ ਵੀ ਤਾਂ ਦੇਖੋ ਨਾ ਕਿ ਕੰਜਪਸ਼ਨ ਜਿਹੜੀ ਆ ਘਰਾਂ ਚ ਉਹ ਤਾਂ ਹੋਣੀ ਹੋਣੀ ਆ, ਤੇ ਦੂਜੇ ਪਾਸੇ ਦਫ਼ਤਰਾਂ ਚ ਹੋਣੀ ਆ, ਉਹ ਤਾਂ ਚੱਲਣਾ ਹੀ ਆ, ਕੰਮ ਕਾਰਖਾਨਿਆਂ ਚ ਹੋਣੀ ਆ, ਖੇਤੀ ਸੈਕਟਰ ਦੇ ਵਿੱਚ ਵੀ ਹੋਣੀ ਆ। ਪਰੰਤੂ ਕੀ ਆ ਕਿ ਉਹ ਲੋਡ ਜੇ ਵਧੇਗਾ ਤੇ ਉਹ ਵੀ ਡਿਮਾਂਡ ਵੱਧ ਜਾਣੀ ਆ ਨਾ। ਸੋ ਇਸ ਵਾਸਤੇ ਰਿਕਾਰਡ ਤੋਂ ਡਿਮਾਂਡ ਇਸ ਵੇਲੇ ਸਾਡੇ ਪੰਜਾਬ ਦੇ ਵਿੱਚ ਚੱਲਦੀ ਪਈ ਆ, ਜਿਹਨੂੰ ਮੈਗਾਵਾਟ ਇਕਾਈ ਦੇ ਆਧਾਰ ਤੇ ਵੇਖੀਏ ਤੇ ਇਹ 15,379 ਡਿਮਾਂਡ ਹੈ ਇਸ ਵੇਲੇ ਮੈਗਾਵਾਟ ਦੇ ਤੌਰ, ਯਾਨੀ ਬਹੁਤ ਆਲ ਟਾਈਮ ਹਾਈ ਆ ਜਿਹੜੀ ਇਸ ਵੇਲੇ ਪੂਰੀ ਕਰ ਰਹੇ ਆ। ਵੈਸੇ ਤਗੜੇ ਨੇ ਬਾਈ, ਚਲੋ ਘੰਟਾ ਚਲੇ, ਅਸੀਂ ਘੰਟਾ 2 ਘੰਟਾ ਲੈਟ ਗਈ ਨੂੰ ਕੁਝ ਨਹੀਂ ਗਿਣਦੇ, ਘੰਟੇ 2 ਘੰਟੇ ਨੂੰ ਅਸੀਂ ਨਹੀਂ ਗਿਣਦੇ। ਸਹੀ ਹੈ, ਬਿਲਕੁਲ ਘੰਟਾ 2 ਘੰਟੇ ਘੱਲ ਦੋ ਯਾਰ, ਕੋਈ ਚੱਕਰ ਨਹੀਂ ਹੈ। ਬਸ ਸਾਡੇ ਬੰਦੇ ਕਹਿ ਦਿੰਦੇ ਸਵੇਰੇ ਘੱਲ ਦਿਓ ਘੰਟਾ, ਕੋਈ ਗੱਲ ਨਹੀਂ, ਸ਼ਾਮ ਨੂੰ ਘੱਲ ਦਿਓ, ਜਦੋਂ ਸੁੱਤੇ ਹੋਈਏ ਫਿਰ ਉਦੋਂ ਨਾ ਆਓ। ਕਹਿਣ ਦਾ ਮਤਲਬ ਇਹ ਕਿ ਕੱਟ ਲੱਗ ਰਹੇ ਨੇ, ਕਿਤੇ ਘੰਟਾ 2 ਘੰਟੇ, ਕਿਤੇ 6-6 ਘੰਟੇ ਵੀ ਲੱਗ ਰਹੇ, ਪਰ ਹਾਲ ਦੀ ਘੜੀ ਜਦੋਂ ਦੂਜੇ ਜ਼ਿਲ੍ਹਿਆਂ ਚ ਝੋਨਾ ਸ਼ੁਰੂ ਹੋ ਜਾਏਗਾ, ਤੀਜੇ ਪੜਾਅ ਚ ਚਲਾ ਜਾਏਗਾ, ਤਾਂ ਉਦੋਂ ਇਹ ਡਿਮਾਂਡ 16,500 ਮੈਗਾਵਾਟ ਯਾਨੀ ਆਲ ਟਾਈਮ ਹਾਈਐਸਟ ਮਤਲਬ ਕਿ ਡਿਮਾਂਡ ਜਿਹੜੀ ਉਹ ਦਰਜ ਕੀਤੀ ਜਾ ਸਕਦੀ ਹੈ। ਤਾਂ ਉਸ ਸੂਰਤ ਦੇ ਵਿੱਚ ਪਟਾਕੇ ਪੈਣ ਦੀ ਸੰਭਾਵਨਾ ਜੇ ਮੀਂਹ ਨਾ ਪਿਆ, ਪਰ ਚੰਗੀ ਖਬਰ ਆ ਕਿ 20-25 ਜੂਨ ਦੇ ਆਸ ਪਾਸ ਮੀਂਹ ਦੱਸੀਦਾ। ਬਹੁਤ ਬਹੁਤ ਸ਼ੁਕਰੀਆ ਮਿੰਟੂ ਜੀ, ਪੂਰੀ ਡਿਟੇਲ ਦੇ ਵਿੱਚ ਸਵਾਲਾਂ ਦਾ ਜਿਹੜਾ ਹੈ ਤੁਸੀਂ ਜਵਾਬ ਦਿੱਤਾ, ਕਾਲਰਸ ਨੇ ਵੀ ਸਵਾਲ ਕੀਤੇ ਨੇ, ਬਹੁਤ ਬਹੁਤ ਧੰਨਵਾਦ, ਸੋ ਨਾਈਸ ਸਾਹਿਬ, ਥੈਂਕ ਯੂ, ਸ਼ੁਕਰੀਆ। ਇਸ ਤਰ੍ਹਾਂ ਜੀ ਮਿੰਟੂ ਗੁਰਸਰੀਆ ਜੀ ਸਵੇਰੇ 9 ਵਜੇ ਤੋਂ ਲੈ ਕੇ 12 ਵਜੇ ਤੱਕ ਲਾਈਵ ਸ਼ੋਅ ਫਿਰ ਚੱਲਣਾ ਹੈ, ਜਿਹਦੇ ਵਿੱਚ ਸਰਦਾਰ ਜਸਵੀਰ ਸਿੰਘ ਜੀ ਪੱਟੀ ਸਾਡੇ ਮਹਿਮਾਨ ਹੁੰਦੇ ਨੇ, ਲਗਾਤਾਰ ਉਹਨਾਂ ਨਾਲ 1 ਘੰਟਾ ਗੱਲਬਾਤ ਹੁੰਦੀ ਹੈ, ਵੱਖ ਵੱਖ ਮੁੱਦਿਆਂ ਦੇ ਉੱਤੇ ਤੁਸੀਂ ਸਵਾਲ ਵੀ ਕਰ ਸਕਦੇ ਹੋ, ਲਿਖ ਕੇ ਵੀ ਭੇਜ ਸਕਦੇ ਹੋ, ਰਾਤ ਨੂੰ 8 ਤੋਂ 12, ਦੁਪਹਿਰੇ 2 ਤੋਂ 3, ਸੈਟਰਡੇ 3 ਤੋਂ 5, ਸੰਡੇ 1 ਤੋਂ 4, 7 ਦਿਨ ਕੋਈ ਕਿਸੇ ਤਰ੍ਹਾਂ ਦੀ ਐਡਵਰਟਾਈਜ਼ਮੈਂਟ ਕਰਨੀ ਹੈ, ਪ੍ਰੋਗਰਾਮ ਦੇ ਬਾਰੇ ਕੁਝ ਗੱਲ ਕਰਨੀ ਹੈ, ਮੇਰਾ ਨੰਬਰ ਹੈ 4167177794, ਅੰਜੂ ਜੀ 416-520-3699, ਅਰਸ਼ 416-303-1515, ਪਲਾਚੱਕਾਂ ਦੀ ਮਾਫ਼ੀ,
ਰੱਬ ਰਾਖਾ, ਸਤਿ ਸ੍ਰੀ ਅਕਾਲ। You're listening to CNN Toronto, Chawla News Network, Toronto.